ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਪੰਜਾਬ ਵਿੱਚ ਕੀਤੀ ਜਾ ਰਹੀ 7000 ਨੌਜਵਾਨਾਂ ਦੀ ਭਰਤੀ ਸੰਬੰਧੀ ਖਾਸ ਕਰਕੇ ਬੇਰੁਜ਼ਗਾਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਮੁੰਡੇ ਕੁੜੀਆਂ ਪੁਲਿਸ 'ਚ ਭਰਤੀ ਹੋਣ ਲਈ ਪੂਰਾ ਤਾਣ ਲਗਾ ਰਹੇ ਹਨ। ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਪੁਰਾ ਵਿਖੇ ਨੌਜਵਾਨ ਮੁੰਡੇ ਕੁੜੀਆਂ ਭਰਤੀ ਹੋਣ ਲਈ ਖੂਬ ਸਰੀਰਕ ਅਭਿਆਸ ਕਰ ਰਹੇ ਹਨ। ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀ ਸਰੂਪ ਸਿੰਘ ਵੱਲੋਂ ਨੌਜਵਾਨਾਂ ਨੂੰ ਪੁਲਿਸ 'ਚ ਭਰਤੀ ਹੋਣ ਲਈ ਪੂਰਾ ਉਤਸ਼ਾਹਿਤ ਕਰਨ ਦੇ ਨਾਲ ਨਾਲ ਉਹਨਾਂ ਨੂੰ ਮੁਫ਼ਤ ਕੋਚਿੰਗ ਵੀ ਦਿੱਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ 'ਚ ਭਰਤੀ ਹੋਣਾ ਅਜੋਕੇ ਸਮੇਂ ਦੇ ਵਧੀਆ ਕੰਮ ਹੈ। ਪੁਲਿਸ ਦੀ ਭਰਤੀ ਲਈ ਕੋਚਿੰਗ ਲੈ ਰਹੀ ਵਿਦਿਆਰਥਣ ਅਮਨਦੀਪ ਕੌਰ ਬਾਵਾ ਨੇ ਦੱਸਿਆ ਕਿ ਖੇਡ ਦੇ ਸਮੇਂ ਇੱਕ ਵਾਰ ਉਸਦੇ ਫ੍ਰੈਕਚਰ ਹੋ ਗਿਆ ਸੀ, ਪਰ ਇਸ ਦੇ ਬਾਵਜੂਦ ਵੀ ਉਹ ਪੁਲਿਸ 'ਚ ਭਰਤੀ ਹੋਣਾ ਚਾਹੁੰਦੀ ਹੈ ਤੇ ਸਖ਼ਤ ਮਿਹਨਤ ਦੇ ਜ਼ਰੀਏ ਭਰਤੀ ਦੇ ਲਈ ਪੂਰੀ ਜੱਦੋਜਹਿਦ ਕਰ ਰਹੀ ਹੈ। ਐਮਫਿਲ ਕਰ ਚੁੱਕੇ ਬੇਰੁਜ਼ਗਾਰ ਨੌਜਵਾਨ ਵਿਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਭਰਤੀ ਰੈਗੂਲਰ ਹੁੰਦੀ ਹੈ, ਜਦਕਿ ਬਾਕੀ ਭਰਤੀਆਂ ਠੇਕਾ ਆਧਾਰ ਤੇ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਹਨ। ਨੌਜਵਾਨਾਂ ਨੂੰ ਪੁਲਿਸ ਭਰਤੀ ਲਈ ਪੂਰੀ ਮਿਹਨਤ ਕਰਨੀ ਚਾਹੀਦੀ ਹੈ। ਭਾਗ 'ਚ ਨੌਜਵਾਨਾਂ ਦਾ ਭਵਿੱਖ। ਕੋਟਕਪੁਰਾ ਤੋਂ ਗੁਰਪ੍ਰੀਤ ਔਲਖ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ। ਵਿਕਰਮ ਸਿੰਘ ਹੈ ਜੀ। ਜੋ ਤੁਹਾਡੀ ਕੀ ਹੈ ਜੀ? ਮੇਰੀ ਯੋਗਤਾ ਜੀ ਐਮਫਿਲ ਹੈ ਜੀ, ਐਮਫਿਲ ਕਰ ਰਿਹਾ ਮੈਂ, ਤੇ ਮੈਨੂੰ ਇੱਥੇ ਆਉਂਦੇ ਨੂੰ 4-5 ਸਾਲ ਹੋ ਚੱਲਿਆ ਇਸ ਗਰਾਊਂਡ 'ਚ। ਪਹਿਲਾਂ ਇੱਥੇ ਕਦੀ ਵੀ ਕੋਈ ਬਹੁਤ ਘੱਟ ਲੋਕ ਵੇਖਦੇ ਸੀ, ਪਰ ਜਦੋਂ ਦੀ ਪੰਜਾਬ ਪੁਲਿਸ ਦੀ ਭਰਤੀ ਆਈ ਆ ਤੇ ਨੌਜਵਾਨਾਂ ਨੂੰ ਇੰਨਾ ਉਤਸ਼ਾਹ ਵਾ ਵੀ ਆਪਣੇ ਸਾਰੇ ਇੱਥੇ ਇਕੱਠੇ ਹੋ ਜਾਂਦੇ ਆ, ਧੁੱਪੇ ਧੁੱਪ ਦੀ ਵੀ ਨਹੀਂ ਪਰਵਾਹ ਕਰਦੇ, ਬਿਨਾਂ ਪਾਣੀ ਦੇ ਹੀ ਇੱਥੇ ਲੱਗੇ ਆ ਹੁਣ, ਪਰ ਪਾਣੀ ਦਾ ਵੀ ਪ੍ਰਬੰਧ ਹੋ ਰਿਹਾ ਵਾ, ਨਾਲ ਨਾਲ ਬਹੁਤ ਵਧੀਆ ਸਾਰੇ ਪੂਰੀ ਜ਼ੋਰ ਨਾਲ ਮਿਹਨਤ ਲਾ ਰਹੇ ਆ ਵੀ ਪੰਜਾਬ ਪੁਲਿਸ 'ਚ ਭਰਤੀ ਹੋਣਾ। ਕੀ ਪੰਜਾਬ ਪੁਲਿਸ ਦੀ ਭਰਤੀ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਪੋਸਟਾਂ ਨਿਕਲਦੀਆਂ ਹਨ? ਕੋਈ ਹਜ਼ਾਰਾਂ ਪੋਸਟਾਂ ਨਿਕਲਦੀਆਂ, ਕੋਈ ਪਟਵਾਰੀ ਦੀ, ਕੋਈ ਹੋਰ ਇੱਦਾਂ ਦੀ, ਕਾਨੂੰਨ ਦੀ, ਕਿਸ ਦਿਨ ਕੋਈ, ਤੁਸੀਂ ਉਸ ਮਹਿਕਮੇ ਨਾਲ ਨਹੀਂ, ਕੋਈ ਤੁਹਾਨੂੰ ਵਧੀਆ ਲੱਗ ਰਿਹਾ? ਪੰਜਾਬ ਦੇ ਜਿਸ ਤਰ੍ਹਾਂ ਬੇਰੁਜ਼ਗਾਰੀ ਵੱਧ ਰਹੀ ਹੈ, ਜਿਵੇਂ ਕਿਸੇ 20 ਪੋਸਟਾਂ ਦੀ ਲੋੜ ਹੁੰਦੀ ਹੈ, ਪਰ ਉੱਥੇ 20,000 ਤੋਂ ਵੀ ਵੱਧ ਲੋਕ ਪਹੁੰਚ ਜਾਂਦੇ ਆ। ਜਿਵੇਂ ਜਿਵੇਂ ਵੀ ਭਰਤੀ ਹੁਣ ਇਹਨਾਂ ਨੂੰ ਪਤਾ ਲੱਗਾ ਵੀ 15,000 ਦੇ ਕਰੀਬ ਪੰਜਾਬ ਪੁਲਿਸ ਦੀ ਭਰਤੀ ਕੱਢ ਰਹੇ ਆ, ਇਸ ਲਈ ਇੱਥੇ ਆ ਗਏ ਆ। ਕਈ ਵਾਰੀ ਕੁਝ ਇਹੋ ਜਿਹੇ ਨੌਜਵਾਨ ਵੀ ਹੁੰਦੇ ਜਿਨ੍ਹਾਂ ਤੋਂ ਕੋਈ ਟੈਸਟ ਨਹੀਂ ਕਲੀਅਰ ਹੁੰਦਾ, ਉਹ ਵੀ ਇਸ ਤਰ੍ਹਾਂ ਦੇ ਆਪਣਾ ਯੋਗਤਾ ਇਹ 'ਚ ਵਿਖਾ ਰਹੇ ਆ ਵੀ ਚਲੋ ਇਸ ਵਿੱਚ ਥੋੜ੍ਹੀ ਪ੍ਰੈਕਟਿਸ ਕਰਕੇ ਤੇ ਆਪਣਾ ਸਰੀਰ ਨੂੰ ਵੀ ਨਾਲੇ ਵਧੀਆ ਹੋ ਜਾਂਦਾ ਵਾ ਤੇ ਨਾਲੇ ਆਪਣੀ ਜੋਬ ਵੀ ਮਿਲ ਜੂਗੀ। ਹਾਂਜੀ, ਜਿੱਥੇ ਪੰਜਾਬ ਪੁਲਿਸ ਦੀ ਭਰਤੀ ਲੈ ਕੇ ਕੁੜੀਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ, ਆਓ ਅਸੀਂ ਲੜਕੀਆਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ ਜੀ? ਅਮਨਜੀਤ ਕੌਰ। ਹਾਂਜੀ, ਕਿਹੜੀ ਕਲਾਸ ਤੁਸੀਂ? ਸਰ ਮੈਂ ਐਮਏ ਸੈਕੰਡ ਈਅਰ। ਐਮਏ। ਅੱਛਾ, ਤੁਸੀਂ ਪੰਜਾਬ ਪੁਲਿਸ ਦੀ ਭਰਤੀ ਲੈ ਕੇ ਬੜੇ ਉਤਸ਼ਾਹ ਤੇ ਕਿੰਨੀ ਖੁਸ਼ੀ ਮਨਾ ਰਹੇ ਹੋ ਜੀ ਤੁਸੀਂ? ਲੇਕਿਨ ਸਰ ਬਹੁਤ ਖੁਸ਼ੀ ਹੈ ਕਿ ਕਿੰਨੇ ਟਾਈਮ ਬਾਅਦ ਇੱਥੇ ਭਰਤੀ ਆਈ ਆ, ਮੇ ਬੀ 5 ਸਾਲ ਬਾਅਦ ਆਈ ਆ, ਤਾਂ ਔਰ ਸਾਰੇ ਮੁੰਡੇ ਐਂਡ ਕੁੜੀਆਂ ਪ੍ਰੈਕਟਿਸ ਕਰ ਰਹੇ ਆ, ਸਾਡੇ ਕੋਚ ਸਰਦਾਰ ਸਰੂਪ ਸਿੰਘ ਸਾਨੂੰ ਮਤਲਬ ਪ੍ਰੈਕਟਿਸ ਕਰਵਾ ਰਹੇ ਆ ਸੁਬਾ ਸ਼ਾਮ, ਤੇ ਕਿੰਨੀਆਂ ਫੇਕ ਨਿਊਜ਼ ਆਈਆਂ ਕਿ ਕੈਂਸਲ ਹੋ ਗਏ, ਬਟ ਅਸੀਂ ਫਿਰ ਵੀ ਆਪਣੀ ਪ੍ਰੈਕਟਿਸ ਕਰਕੇ ਰੱਖ ਰਹੇ ਹਾਂ। ਸਰਕਾਰ ਵੱਲੋਂ ਬੜੇ ਚਾਵਾਂ ਦੇ ਨਾਲ ਮੁੰਡੇ ਕੁੜੀਆਂ ਵੱਲੋਂ ਬੜੇ ਉਤਸ਼ਾਹ ਦੇ ਨਾਲ ਇੱਥੇ ਗਰਾਊਂਡ ਵਿੱਚ ਆ ਕੇ ਆਪਣੇ ਸਰੀਰ ਨੂੰ ਬੜੇ ਪਸੀਨੇ ਨੂੰ ਪਸੀਨਾ ਬਹਾ ਰਹੇ ਨੇ। ਕੀ ਸਰਕਾਰ ਵੱਲੋਂ ਇਸ ਤਰ੍ਹਾਂ ਦੀਆਂ ਕੋਈ ਇੱਥੇ ਕੋਈ ਸਹੂਲਤਾਂ ਵਗੈਰਾ ਕੋਈ ਦਿੱਤੀਆਂ ਜਾ ਰਹੀਆਂ, ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਬੱਚਿਆਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜੀ? ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਹੈ ਜੀ। ਮੈਂ ਇਹਨਾਂ ਨੂੰ ਐਕਸਰਸਾਈਜ਼ ਜਿਹੜੀ ਦੇ ਰਿਹਾ ਬਹੁਤ ਵਧੀਆ ਤਰੀਕੇ ਨਾਲ ਦੇ ਰਿਹਾ ਜੀ ਐਕਸਰਸਾਈਜ਼, ਪਰ ਇਹਨਾਂ ਦੇ ਵੇਟ ਤੋਂ ਵੱਧ, ਕਿਉਂਕਿ ਇਹਨਾਂ ਸਰੀਰ ਦੇਖ ਕੇ ਉਸ ਹਿਸਾਬ ਨਾਲ ਮੈਂ ਇਹਨਾਂ ਨੂੰ ਆਪਣੀ ਟ੍ਰੇਨਿੰਗ ਦੇ ਰਿਹਾ। ਜਿਹੜਾ ਗੱਲ ਸਰਕਾਰ ਦੀ ਗੱਲ ਕੀਤੀ ਹੈ ਵੀ ਕੋਈ ਸਹੂਲਤ ਮਿਲਦੀ ਜਾਂ ਨਹੀਂ ਮਿਲਦੀ, ਉਹ ਮੈਂ ਅਤੇ ਡਾਕਟਰ ਢਿੱਲੋਂ ਸਾਹਿਬ ਨੇ ਆਪਣਾ ਇੰਤਜ਼ਾਮ ਕਰਕੇ ਪਾਣੀ ਦਾ ਅਤੇ ਜੂਸ ਦਾ ਪ੍ਰਬੰਧ ਕੀਤਾ ਹੈ।